ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ, ਗੁਰੂ ਮਹਾਰਾਜ ਕਿਰਪਾ ਕਰੇ। ਅਤੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਲੋਹੜੀ ਦਾ ਤਿਉਹਾਰ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਲੋਹੜੀ ਦਾ ਜੋ ਤਿਉਹਾਰ ਹੈ ਵੱਖ ਵੱਖ ਤਰੀਕੇ ਦੇ ਨਾਲ ਮਨਾਇਆ ਜਾਂਦਾ ਹੈ। ਕਿਤੇ ਲੋਹੜੀ ਹੁੰਦੀ ਹੈ, ਕਿਤੇ ਇਸਨੂੰ ਪੋਂਗਲ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਵੱਖ ਵੱਖ ਸਟੇਟਾਂ ਦੇ ਵਿੱਚ ਇਸ ਦਾ ਵੱਖ ਵੱਖ ਤਰੀਕੇ ਦੇ ਨਾਲ ਨਾਮ ਲਿਆ ਜਾਂਦਾ ਹੈ। ਅਤੇ ਸਾਧ ਸੰਗਤ ਜੀ, ਸਾਰੀਆਂ ਹੀ ਸਾਧ ਸੰਗਤਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿ ਲੋਹੜੀ ਮਨਾਉਣ ਤੋਂ ਪਹਿਲਾਂ ਕੁਛ ਗੱਲਾਂ ਦਾ ਧਿਆਨ ਰੱਖ ਲਈਏ। ਜੇਕਰ ਘਰ ਦੇ ਵਿੱਚ ਵੀ ਨੇ ਤੁਹਾਡੇ ਕੋਲ ਤਿੰਨ ਚੀਜ਼ਾਂ, ਤਾਂ ਲੋਹੜੀ ਨੂੰ ਜਗਾਉਣ ਤੋਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕਰ ਦਿਓ, ਨਹੀਂ ਤਾਂ ਹੋ ਸਕਦਾ ਹੈ ਬਹੁਤ ਵੱਡਾ ਨੁਕਸਾਨ। ਸਾਧ ਸੰਗਤ ਜੀ, ਐਸੇ ਵਿਸ਼ੇ 'ਤੇ ਅੱਜ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ, ਬਣੇ ਰਹੋ ਵੀਡੀਓ ਦੇ ਅੰਤ ਤੱਕ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈੱਲ ਆਈਕਨ ਨੂੰ ਦਬਾ ਦਿਓ, ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਿਓ, ਤਾਂ ਜੋ ਇੱਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਸੋ ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਕੋਲ ਸਿੱਖ ਸੰਗਤਾਂ ਦੇ ਕੋਲ ਮੈਸੇਜ ਵੀ ਆਉਂਦੇ ਨੇ ਕਿ ਅੱਜ ਫਲਾਣਾ ਤਿਉਹਾਰ ਹੈ, ਫਲਾਣੇ ਤਿਉਹਾਰ ਤੋਂ ਪਹਿਲਾਂ ਅਸੀਂ ਕੀ ਉਪਾਅ ਕਰੀਏ, ਕਿਤੇ ਤਿਉਹਾਰ ਮਨਾਉਂਦੇ ਸਮੇਂ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਰਹੇ। ਇੱਦਾਂ ਦੇ ਬਹੁਤ ਸਾਰੇ ਸਵਾਲ ਸਾਨੂੰ ਅਤੇ ਸਾਡੀ ਟੀਮ ਨੂੰ ਸੁਣਨ ਨੂੰ ਮਿਲਦੇ ਨੇ। ਅਤੇ ਸਾਧ ਸੰਗਤ ਜੀ, ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਹੀ ਸਵਾਲਾਂ ਦਾ ਜਵਾਬ ਮਿਲੇਗਾ। ਜਿਵੇਂ ਕਿ ਅੱਜ ਲੋਹੜੀ ਦਾ ਤਿਉਹਾਰ ਹੈ, ਤਾਂ ਲੋਹੜੀ ਮਨਾਉਣ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇੱਦਾਂ ਦੇ ਸਵਾਲ ਆਉਂਦੇ ਨੇ ਕਿ ਅਸੀਂ ਕਿਵੇਂ ਲੋਹੜੀ ਮਨਾਈਏ ਅਤੇ ਅਸੀਂ ਕੋਈ ਗਲਤੀ ਤਾਂ ਨਹੀਂ ਕਰ ਰਹੇ। ਤਾਂ ਸਾਧ ਸੰਗਤ ਜੀ, ਪੂਰੀ ਵੀਡੀਓ ਨੂੰ ਦੇਖਿਓ, ਤੁਹਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਵਿੱਚ ਮਿਲਣਗੇ। ਸਾਧ ਸੰਗਤ ਜੀ, ਕਈ ਲੋਕ ਇਹ ਕਹਿੰਦੇ ਨੇ ਕਿ ਲੋਹੜੀ ਮਨਾਉਣ ਤੋਂ ਪਹਿਲਾਂ ਅਸੀਂ ਕਿਹੜੀਆਂ ਚੀਜ਼ਾਂ ਘਰ ਦੇ ਵਿੱਚ ਨਾ ਰੱਖੀਏ ਜਾਂ ਕਿਹੜੀਆਂ ਚੀਜ਼ਾਂ ਰੱਖੀਏ, ਤਾਂ ਤੁਹਾਡੇ ਸਾਰੇ ਹੀ ਜੋ ਵਹਿਮ ਭੁਲੇਖੇ ਨੇ ਸਾਰੇ ਹੀ ਦੂਰ ਹੋ ਜਾਣਗੇ। ਸਾਧ ਸੰਗਤ ਜੀ, ਸਾਧ ਸੰਗਤ ਜੀ, ਜੇਕਰ ਆਪਾਂ ਗੱਲ ਕਰੀਏ ਕਿ ਤਿਉਹਾਰ ਜੋ ਹੈ ਇਹ ਹੈ ਇੱਕ ਖੁਸ਼ੀ ਮਨਾਉਣ ਦਾ ਜ਼ਰੀਆ, ਚਾਹੇ ਲੋਹੜੀ ਹੋਵੇ, ਚਾਹੇ ਹੋਲੀ ਹੋਵੇ, ਚਾਹੇ ਦੀਵਾਲੀ ਹੋਵੇ, ਚਾਹੇ ਰੱਖੜੀ ਹੋਵੇ, ਚਾਹੇ ਕੋਈ ਹੋਰ ਤਿਉਹਾਰ ਹੋਵੇ, ਇਨਸਾਨ ਆਪਣੀ ਖੁਸ਼ੀ ਦਾ ਕੋਈ ਹੱਲ ਲੱਭਦਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਮੈਂ ਕੋਈ ਖੁਸ਼ੀ ਮਨਾਵਾਂ। ਅਤੇ ਸਾਧ ਸੰਗਤ ਜੀ, ਤੁਸੀਂ ਨੋਟ ਕਰਿਓ ਕਿ ਕੋਈ ਵੀ ਤਿਉਹਾਰ ਆਉਂਦਾ ਹੈ ਉਹ ਮੌਸਮ ਦੇ ਨਾਲ ਆਉਂਦਾ ਹੈ। ਜੋ ਹੋਲੀ ਹੈ, ਜਿਵੇਂ ਗਰਮੀ ਆਉਣ ਵਾਲੀ ਹੁੰਦੀ ਹੈ, ਉਦੋਂ ਹੋਲੀ ਦਾ ਤਿਉਹਾਰ ਆਉਂਦਾ ਹੈ। ਜਦੋਂ ਪੂਰੀ ਠੰਡ ਹੁੰਦੀ ਹੈ, ਠੰਡ ਸਿਖਰਾਂ 'ਤੇ ਹੁੰਦੀ ਹੈ, ਉਦੋਂ ਲੋਹੜੀ ਆਉਂਦੀ ਹੈ। ਜਦੋਂ ਗਰਮੀ ਦਾ ਅੰਤ ਹੁੰਦਾ ਹੈ ਅਤੇ ਸਰਦੀ ਹਜੇ ਆਉਣ ਵਾਲੀ ਹੁੰਦੀ ਹੈ, ਉਦੋਂ ਦੀਵਾਲੀ ਦਾ ਤਿਉਹਾਰ ਆਉਂਦਾ ਹੈ। ਸਾਧ ਸੰਗਤ ਜੀ, ਤਿਉਹਾਰ ਜੋ ਹੈ ਇਹ ਮੌਸਮ ਦੇ ਨਾਲ ਬਣਾਏ ਗਏ ਹੈ ਅਤੇ ਤਿਉਹਾਰ ਖੁਸ਼ੀ ਨੂੰ ਇੱਕ ਸਾਂਝਾ ਕਰਨ ਦਾ ਇੱਕ ਜ਼ਰੀਆ ਹੈ। ਤਿਉਹਾਰ 'ਤੇ ਲੋਕ ਇਕੱਠੇ ਹੋ ਜਾਂਦੇ ਨੇ, ਆਪਣੀ ਖੁਸ਼ੀ ਜ਼ਾਹਰ ਕਰ ਲੈਂਦੇ ਨੇ। ਪਰ ਸਾਧ ਸੰਗਤ ਜੀ, ਗੁਰਮਤ ਦੇ ਨਾਲ ਆਪਾਂ ਜੇਕਰ ਗੁਰਮਤ ਦੀ ਗੱਲ ਕਰੀਏ, ਗੁਰਮਤ ਦੇ ਨਾਲ ਕਿਸੇ ਵੀ ਤਿਉਹਾਰ ਦਾ ਕੋਈ ਵੀ ਲੈਣਾ ਦੇਣਾ ਨਹੀਂ। ਜੇਕਰ ਆਪਾਂ ਗੁਰੂ ਘਰ ਜਾਂਦੇ ਹਾਂ ਤਾਂ ਆਪਾਂ ਗੁਰੂ ਦੀ ਮੰਨਣੀ ਠੀਕ ਹੈ। ਤਿਉਹਾਰ ਮਨਾਓ, ਹੱਸੋ, ਖੇਡੋ, ਮਿਲੋ ਗਿਲੋ, ਕਿਉਂਕਿ ਇੱਕ ਖੁਸ਼ੀ ਵੀ ਇਨਸਾਨ ਨੇ ਮਨਾਉਣੀ ਹੁੰਦੀ ਹੈ। ਪਰ ਇਸ ਨੂੰ ਅੰਧ ਵਿਸ਼ਵਾਸ ਦੇ ਨਾਲ ਨਾ ਜੋੜੋ। ਕਈ ਲੋਕ ਕਹਿੰਦੇ ਨੇ ਕਿ ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਰੱਖੀਏ ਜਾਂ ਨਾ ਰੱਖੀਏ, ਘਰ ਦੇ ਵਿੱਚ ਜੋ ਚੰਗੀਆਂ ਚੀਜ਼ਾਂ ਨੇ ਰੱਖੋ ਅਤੇ ਮਾੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਾਹਰ ਸੁੱਟੋ। ਇਸ ਲਈ ਸਾਧ ਸੰਗਤ ਜੀ, ਆਪਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਠੀਕ ਹੈ, ਤਿਉਹਾਰ ਮਨਾਓ, ਤਿਉਹਾਰ ਇੱਕ ਖੁਸ਼ੀ ਸਾਂਝੀ ਕਰਨ ਦਾ ਜ਼ਰੀਆ, ਇਸ ਨੂੰ ਵਹਿਮ ਭਰਮ ਦੇ ਨਾਲ ਜਾਂ ਗੁਰਮਤ ਦੇ ਨਾਲ ਨਾ ਜੋੜੋ। ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਗੁਰਫਤਿਹ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।